ਹਰਿਆਣਾ ਦੇ ਨਾਮੀ ਕਿਸਾਨ ਆਗੂਆਂ 'ਚ ਸ਼ੁਮਾਰ ਗੁਰਨਾਮ ਸਿੰਘ ਚੜੂਨੀ ਮਿਸ਼ਨ ਪੰਜਾਬ ਵਾਲੇ ਆਪਣੇ ਬਿਆਨ ਤੇ ਅਟਕਾਇਮ ਹਨ ਗੁਰਨਾਮ ਸਿੰਘ ਛੜੂਨੀ ਨੇ ਕਿਸਾਨ ਆਗੂਆਂ ਨੂੰ ਪੰਜਾਬ 'ਚ ਚੋਣਾਂ ਲੜਨ ਦੀ اپیل ਕੀਤੀ ਸੀ ਸੂਬੇ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣਗੀਆਂ ਇਸ ਬਿਆਨ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਨੇ ਇੱਕ ਹਫ਼ਤੇ ਲਈ ਉਹਨਾਂ ਨੂੰ ਘਟ ਦਿੱਤਾ ਸੀ ਸ਼ੁੱਕਰਵਾਰ ਸ਼ਾਮ ਨੂੰ ਗੁਰਨਾਮ ਸਿੰਘ ਛੜੂਨੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਤੋਂ ਉਹਨਾਂ ਦੀ ਬਰਖਾਸਤਗੀ ਖਤਮ ਹੋ ਗਈ ਦਿੱਲੀ 'ਚ ਜੰਤਰ ਮੰਤਰ ਤੋਂ ਹੋ ਰਹੀ ਕਿਸਾਨ ਸੰਸਦ ਵਿੱਚ ਉਹ ਜਲਦ ਹਿੱਸਾ ਲੈਣਗੇ ਨਾਲ ਹੀ ਕਿਹਾ ਕਿ ਕਿਸਾਨ ਸੰਸਦ ਸ਼ੁਰੂ ਹੋਣ ਦੌਰਾਨ ਉੱਥੇ ਮੌਜੂਦ ਸਨ ਉਹਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਨਾਲ ਜੁੜੇ ਵੱਖ-ਵੱਖ ਗਰੁੱਪ ਦੇ ਵਿਚਾਰ ਧਾਰਾ ਵੱਖ-ਵੱਖ ਹੋ ਸਕਦੇ ਹੈ ਪਰ ਆਪਸ ਵਿੱਚ ਕਿਸੇ ਦੀ ਨਰਾਜ਼ਗੀ ਨਹੀਂ ਸਾਰੇ ਅੰਦੋਲਨ ਇਕੱਠੇ ਚੱਲ ਰਹੇ ਨੇ ਪਾਜਪਾ ਆਗੂਆਂ ਵੱਲੋਂ ਉਹਨਾਂ ਤੇ ਤੇ ਕਿਸਾਨ ਅੰਦੋਲਨ ਦੀ ਆੜ ਵਿੱਚ ਰਾਜਨੀਤਿਕ ਕਰਨ ਦੇ ਦੋਸ਼ ਲਾਏ ਜਾਣ ਤੇ ਉਹਨਾਂ ਨੇ ਕਿਹਾ ਕਿ ਰਾਜਨੀਤੀ ਕਰਨਾ ਪਾਪ ਨਹੀਂ ਉਹਨਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਿਹਾ ਅੰਦੋਲਨ ਰਾਜਨੀਤਿਕ ਅੰਦੋਲਨ ਨਹੀਂ ਹੈ